नहीं मैं तो आराम करना सारी उम्र कमे ही करना। बस मम्मी थोड़ा जा रह गया। मैं तेनू किन्नी बार कहा थोड़े जे दिन रह गए बचा के कर ला, पर तू कित्थे सुनदी है। ठीक है मम्मी नहीं करदी, पर दीप नवाण वाली सीगी, दो दिन हो गए नहाई नहीं, ओनू कल्ला नवा लैण दो। तू अपना ध्यान रख, काम वाली आउंदी आ ओनू कह दिंदे ओ नवा दिंदी आ। काम वाली इन्नी हैरान काते हुन्नी आ, ओनू किते नवाणा नहीं आउंदा। सुख नाल ओहदे दो मुंडे आ, सच मुंडे तो मेरे याद आया। मैं ना सूट लेके आना, किदां दा लेके आवां, भारी पल्ले आला लेके आवां कि भारी चुन्नी आला। किते जाना सी मम्मी तुसीं? सुख नाल घर दे विच नवां जी आउणे आला, ओह वी मेरा पोता, फिर महीने तक लोहड़ी आ, फिर मैं पाउणा नहीं हैगा। पोता? मम्मी तुसीं इन्ने किवें श्योर हो वी मुंडा ही हो? नहीं होना चाहीदा, मैं लोहड़ी मनाउणी आ। मम्मी जे कुड़ी होगी फिर ऐ किवें हो जू? एक हैगी तां है, होर जम के चार पाउणा। आ गल हुण तां कहती, अगे तो सोची भी ना, कहण दी तां बहुत दूर दी गल। मैं डब्बिआं दा पता करके आउणी आ, फिर लोहड़ी दे डब्बे वी तां बंडणे होणगे। घंटा हो गया ना कोई सुख ना कोई सुनेहा। मैं तां कहिंदी वाहिगुरु चंगी ओ खबर देवे। ਮੈਨੂੰ ਤਾਂ ਫਿਕਰ ਲੱਗੀ ਜਾਂਦਾ, ਮੇਰਾ ਤਾਂ ਮਨ ਘਬਰਾਈ ਜਾਂਦਾ, ਕਿਤੇ ਕੁੜੀ ਉਹਨਾਂ ਔਖੀ ਹੋ ਗਈ ਹੋਵੇ, ਸੁੱਖ ਹੋਵੇ, ਮੈਨੂੰ ਤਾਂ ਡਰ ਲੱਗੀ ਜਾਂਦਾ, ਕੀ ਕਰਾਂ ਮੈਂ, ਮੇਰੇ ਤਾਂ ਹੌਲ ਪਈ ਜਾਂਦੇ ਨੇ। ਦਾਦੀ ਪਾਣੀ ਲੈ ਕੇ ਆਵਾ। ਤੇਰਾ ਬੋਲਣਾ ਜ਼ਿਆਦਾ ਜ਼ਰੂਰੀ ਆ, ਮੈਂ ਆਪੇ ਲੈ ਲੂੰ। ਮੈਂ ਆ ਗਿਆ ਆ ਗਿਆ ਆ ਗਿਆ। ਹਾਂ ਪੁੱਤ। ਮੰਮੀ ਜੀ ਵਧਾਈਆਂ। ਵਧਾਈਆਂ ਵਧਾਈਆਂ। ਉਹ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਪੁੱਤ ਵਧਾਈਆਂ ਹੀ ਹੋਣਗੀਆਂ, ਤਾਂ ਹੀ ਤਾਂ ਮੈਂ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ। ਉਹ ਗੱਲ ਤਾਂ ਸੁਣ ਲਓ ਮੰਮੀ, ਵਧਾਈਆਂ ਤੁਹਾਡੇ ਇੱਕ ਹੋਰ ਪੋਤੀ ਹੋ ਗਈ। ਪੋਤੀ? ਹਾਂਜੀ, ਬਾਕੀ ਮਾਂ ਤੇ ਧੀ ਦੋਵੇਂ ਠੀਕ ਨੇ, ਤੁਸੀਂ ਦੀਪ ਨੂੰ ਲੈ ਕੇ ਨਾ ਹਸਪੀਟਲ ਆ ਜਾਓ। ਮੈਂ ਕਿੰਨੀਆਂ ਉਮੀਦਾਂ ਲਾਈ ਬੈਠੀ ਸੀ, ਇਹਨੇ ਪੱਥਰੇ ਜੰਮਣਾ ਸੀ, ਹੋਰ ਜੰਮ ਵੀ ਕੀ ਸਕਦੀ ਆ। ਦਾਦੀ ਵੀਰ ਆ ਗਿਆ। ਸਵਾਹ ਆ ਗਿਆ, ਤੇਰੇ ਵਰਗੀ ਇੱਕ ਹੋਰ ਆ ਗਈ। ਮਤਲਬ ਕਿ ਛੋਟੇ ਦੀਦੀ ਆਈ ਆ, ਹੁਣ ਅਸੀਂ ਲੋਹੜੀ ਮਨਾਵਾਂਗੇ। ਲੋਹੜੀ ਮੁੰਡਿਆਂ ਦੀ ਮਨਾਉਂਦੇ ਨੇ, ਕੁੜੀਆਂ ਦੀ ਨਹੀਂ ਮਨਾਉਂਦੇ। ਮੈਂ ਪਤਾ ਨਹੀਂ ਕਿਹਨੂੰ ਕਿਹਨੂੰ ਸੁਨੇਹ ਦੇਈ ਬੈਠੀ ਆ, ਮੇਰੀ ਤਾਂ ਨੱਕ ਵਢਾ ਕੇ ਰੱਖਦੀ ਸਲੀਕੇ ਚ। ਇੱਕ ਤਾਂ ਫੋਨ ਕਰੀ ਜਾਂਦੇ ਨੇ ਲੋਕੀ, ਮੈਨੂੰ ਸਭ ਪਤਾ, ਵਧਾਈਆਂ ਦੇਣੀਆਂ ਹੋਣ ਕਿ ਹੋਰ ਕੀ ਕਰਨਾ, ਜਲੇ ਤੇ ਲੂਣ ਛਿੜਕਦੇ ਨੇ ਮੇਰੇ। ਦਾਦੀ ਅਸੀਂ ਮੰਮੀ ਕੋਲ ਚੱਲੀਏ, ਨਾਲੇ ਦੀਦੀ ਨੂੰ ਵੀ ਦੇਖ ਲਾਂਗੇ। ਕਿਤੇ ਨਹੀਂ ਜਾਣਾ, ਦੋ ਦਿਨਾਂ ਨੂੰ ਇੱਥੇ ਹੀ ਆਉਣਾ, ਚੱਟ ਲਈ ਜਿਹੜਾ ਚੱਟਣਾ ਨੂੰ। ਮੰਮੀ ਇਹ ਤਾਂ ਬਿਲਕੁਲ ਮੇਰੇ ਵਰਗੀ ਆ। ਤੇਰੀ ਭੈਣ ਆ, ਤੇਰੇ ਵਰਗੀ ਹੀ ਹੋਊਗੀ। ਮੰਮੀ ਇੱਕ ਗੱਲ ਪੁੱਛਾਂ? ਹਾਂ ਪੁੱਛ। ਜਦ ਦੀ ਮੇਰੀ ਛੋਟੀ ਭੈਣ ਹੋਈ ਆ, ਦਾਦੀ ਇਹਨੇ ਗੁੱਸੇ ਚ ਕਿਉਂ ਰਹਿਣ ਲੱਗੇ, ਨਾਲੇ ਇਹਨੂੰ ਖਲਾਉਂਦੇ ਵੀ ਨਹੀਂ। ਏਦਾਂ ਦੀ ਗੱਲ ਨਹੀਂ ਪੁੱਤ, ਮੈਂ ਬੈੱਡ ਤੇ ਪਈ ਆ ਨਾ, ਹੁਣ ਸਾਰੇ ਕੰਮ ਦਾਦੀ ਕਰਦੇ ਆ, ਫਿਰ ਉਹ ਥੱਕ ਜਾਂਦੇ ਆ, ਇਸ ਕਰਕੇ ਨਹੀਂ ਖੜਾਉਂਦੇ। ਤੁਸੀਂ ਕੰਮ ਕਰਦੇ ਸੀਗੇ ਤਾਤਾ, ਫਿਰ ਤੁਸੀਂ ਇੰਨਾ ਗੁੱਸਾ ਹੁੰਦੇ ਨਹੀਂ ਸੀਗੇ ਜਿੰਨਾ ਦਾਦੀ ਹੁੰਦੇ ਆ। ਪੁੱਤ ਉਮਰ ਦੇ ਹਿਸਾਬ ਨਾਲ ਨਾ ਸਰੀਰ ਦਾ ਫਰਕ ਪੈ ਜਾਂਦਾ, ਉਹ ਛੇਤੀ ਥੱਕ ਜਾਂਦੇ ਆ। ਉੱਠ ਕੇ ਹੁਣ ਕੰਮ ਲੱਗ ਜਾ, ਬਥੇਰਾ ਆਰਾਮ ਕਰ ਲਿਆ। ਮੰਮੀ ਕੁੜੀ ਹਜੇ ਸਿਰਫ 13 ਦਿਨ ਦੀ ਆ। ਫੇਰ ਇਹਨਾਂ ਨੂੰ ਕੁਛ ਨਹੀਂ ਹੁੰਦਾ, ਚੁੱਪ ਕਰਕੇ ਕੰਮ ਲੱਗ ਜਾ, ਸਮਝ ਗਈ? ਦਾਦੀ ਤੁਸੀਂ ਮੰਮੀ ਨੂੰ ਗੁੱਸੇ 'ਚ ਕਿਉਂ ਬੋਲਦੇ ਹੋ? ਹੋਰ ਫੁੱਲ ਤੋਲਣਾ, ਮੇਰੀ ਸਾਰੀਆਂ ਉਮੀਦਾਂ ਤੇ ਪਾਣੀ ਫੇਰਤਾ, ਪਤਾ ਨਹੀਂ ਮੈਂ ਕੀ ਸੋਚੀ ਫਿਰਦੀ ਸੀ, ਪਰ ਕਿੱਥੇ। ਮੰਮੀ ਇਹ ਕਿਹੜਾ ਮੇਰੇ ਬਸ ਸੀ, ਜਿਹੜਾ ਤੁਸੀਂ ਮੈਨੂੰ ਗੱਲਾਂ ਸੁਣਾਉਣੇ ਰਹਿੰਦੇ ਹੋ, ਜਦ ਤੁਸੀਂ ਕੋਈ ਗੱਲ ਕਹਿੰਦੇ ਹੋ ਨਾ, ਇਹ ਮੈਨੂੰ ਹੀ ਪੁੱਛੋ ਮੇਰੇ ਕਿੱਥੇ ਵੱਜਦੀ ਆ। ਵੱਜੀ ਜਾਵੇ ਜਿੱਥੇ ਵੱਜਦੀ ਆ, ਆ ਲੋਹੜੀ ਆਉਂਦੀ ਆ ਮੂਹਰੇ, ਮੈਨੂੰ ਪਤਾ ਵੀ ਉਹ ਦਿਨ ਮੈਂ ਕਿਵੇਂ ਕੱਢਣਾ, ਆ ਜੰਮ ਕੇ ਪੱਥਰ ਮਾਰਿਆ ਮੇਰੇ ਮੱਥੇ। ਕੱਲ ਤੋਂ ਉੱਠ ਕੇ ਕੰਮ ਲੱਗ ਜਾ, ਮੇਰੇ ਤੋਂ ਨੀ ਤੇਰੀ ਸੇਵਾ ਹੁੰਦੀ। ਮੰਮੀ ਕਿਉਂ ਰੋ ਰਹੇ ਤੁਸੀਂ? ਕੁਛ ਨੀ ਪੁੱਤ, ਮੈਂ ਚੁੱਪ ਕਰ ਜਾਂਦੀ ਹਾਂ। ਟਵਿੰਕਲ ਟਵਿੰਕਲ ਮੰਮਾ ਸੁੱਤੀ ਪਈ ਆ, ਤੂੰ ਲੱਡੂ ਚੱਕੀ ਹੋਈ ਆ ਹੈ? ਹਾਂਜੀ ਮੰਮੀ ਸੁੱਤੇ ਪਏ ਆ। ਤੇ ਲਾਡੋ
ਹੋਵੇ ਸੁੱਤੇ ਪਏ ਆ। ਸ਼ਹ ਮੈਂ ਦੋਨਾਂ ਨੂੰ ਸੁੱਤੇ ਰਹਿਣ ਦਿੰਦੇ ਆ, ਠੀਕ ਆ? ਮੈਂ ਬਾਅਦ ਚ ਆ ਕੇ ਖੇਡਦਾ, ਓਕੇ? ਪਾਪਾ ਕੁੜੀਆਂ ਪੱਥਰ ਹੁੰਦੀਆਂ ਨੇ। ਨਹੀਂ ਪੁੱਤ, ਤੈਨੂੰ ਕਿਹਨੇ ਕਿਹਾ? ਲੋਹੜੀ ਸਿਰਫ ਮੁੰਡਿਆਂ ਲਈ ਹੁੰਦੀ ਆ। ਤੈਨੂੰ ਪਾਪਾ ਨੂੰ ਇਹ ਗੱਲਾਂ ਕਹਿਣ ਦੀ ਕੀ ਲੋੜ ਸੀ? ਮੰਮੀ ਹੁਣ ਪਾਪਾ ਵੀ ਗੁੱਸੇ ਹੋ ਕੇ ਚਲੇ ਗਏ। ਸੋਚਿਆ ਕੀ ਸੀ ਤੇ ਹੋ ਕੀ ਗਿਆ? ਮੰਮੀ ਤੁਸੀਂ ਏਦਾਂ ਨਾ ਸੋਚਿਆ ਕਰੋ। ਸੋਚਾਂ ਨਾ ਤਾਂ ਹੋਰ ਕੀ ਕਰਾਂ, ਤੁਸੀਂ ਕੀ ਕਰਨਾ? ਕਰਨਾ ਤਾਂ ਵਾਹਿਗੁਰੂ ਨੇ ਆ। ਵੀਰੇ ਤੁਸੀਂ ਮੇਰੀ ਧੀ ਨੂੰ ਪੱਥਰ ਦੱਸਦੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਕਾਹਤੇ ਚੜਿਆ ਆਉਣਾ, ਮੈਂ ਕੋਈ ਗਲਤ ਕਿਹਾ? ਇੱਕ ਹੈ ਤਾਂ ਸੀ ਪਹਿਲਾਂ, ਆ ਦੂਜੀ ਕੀ ਕਰਨੀ ਸੀ? ਤਾਂ ਫਿਰ ਮੈਨੂੰ ਕਹਿ, ਉਹਨੂੰ ਕਹਿੰਦੇ ਕਹਿੰਦੇ ਹੋ? ਜਿੰਨਾ ਦੂਜੀ ਕੁੜੀ ਹੋਣ ਦੇ ਵਿੱਚ ਹੱਥ ਉਹਦਾ ਨਾ, ਉਹ ਤੋਂ ਕਿਤੇ ਵੱਧ ਮੇਰਾ। ਮੈਡੀਕਲ ਪੜ੍ਹੀ ਆ ਕਦੇ? ਜੇ ਪੜ੍ਹੀ ਹੋਵੇ ਤਾਂ ਸਮਝ ਹੋਵੇ। ਚੁੱਪ ਕਰ ਵੇ, ਤੇਰਾ ਕੀ ਕਸੂਰ ਆ? ਸਾਰਾ ਕਸੂਰ ਮਿੰਦੋ ਦਾ। ਮੈਂ ਉਹਨੂੰ ਕਿਹਾ ਸੀ ਮੈਨੂੰ ਪੋਤਾ ਚਾਹੀਦਾ, ਮੈਂ ਲੋਹੜੀ ਮਨਾਉਣੀ ਆ। ਫਿਰ ਜੰਮਤੀ ਕੁੜੀ, ਮਨਾ ਲਓ ਲੋਹੜੀ। ਮੰਮੀ ਮੈਨੂੰ ਨਾ ਕਹਿੰਦੇ ਹੋਏ ਸ਼ਰਮ ਆ ਰਹੀ ਆ। ਇੱਕ ਔਰਤ ਹੋ ਕੇ ਤੁਸੀਂ ਕਿਉਂ ਇੱਕ ਔਰਤ ਦੇ ਦੁਸ਼ਮਣ ਬਣੇ ਹੋਏ ਹੋ? ਜੇ ਇਹਦੇ ਧੀ ਹੋ ਜਾਂਦੀ ਤਾਂ ਤੁਸੀਂ ਇਹਨੂੰ ਵੀ ਤੀਏ ਦਿਨ ਕਹਿ ਦਿੰਦੇ ਵੀ ਉੱਠ ਕੇ ਕੰਮ ਕਰ ਲਾ। ਜਿਹੜਾ ਬਾਰ ਬਾਰ ਤੁਸੀਂ ਕਹਿੰਦੇ ਹੋ ਨਾ ਪੱਥਰ ਜੰਮਤਾ ਬੱਟਾ ਜੰਮਤਾ, ਉਹ ਪੱਥਰਾਂ ਦੇ ਵਿੱਚ ਤਾਂ ਜਾਨ ਨਹੀਂ ਹੁੰਦੀ ਪਰ ਮੇਰੀ ਧੀ ਸਾਹ ਲੈਂਦੀ ਆ। ਖਬਰਦਾਰ ਜੇ ਮੇਰੀ ਧੀ ਨੂੰ ਅੱਗੇ ਤੋਂ ਪੱਥਰ ਕਿਹਾ। ਅੱਜ ਦੇ ਟਾਈਮ ਦੇ ਵਿੱਚ ਨਾ ਕੁੜੀਆਂ ਮਾਂ ਪਿਓ ਨੂੰ ਨਾ ਮੁੰਡਿਆਂ ਦੇ ਨਾਲੋਂ ਵੱਧ ਪੁੱਛਦੀਆਂ ਨੇ। ਹਰੇਕ ਕੰਮ ਦੇ ਵਿੱਚ ਤੇ ਹਰੇਕ ਫੀਲਡ ਦੇ ਵਿੱਚ ਮੁੰਡਿਆਂ ਦੇ ਬਰਾਬਰ ਚੱਲਦੀਆਂ ਨੇ। ਹਰੇਕ ਨੌਕਰੀ ਤੇ ਹਰੇਕ ਡਿਪਾਰਟਮੈਂਟ ਦੇ ਵਿੱਚ ਕੁੜੀਆਂ ਦੀ ਬੱਲੇ ਬੱਲੇ ਆ, ਪਰ ਤੁਹਾਡੀ ਸੋਚ ਸਮਝ ਨਹੀਂ ਆਉਂਦੀ ਕਿੱਥੇ ਆ? ਪੁੱਤ ਮੈਂ ਲੋਹੜੀ ਮਨਾਉਣੀ ਸੀ, ਮੈਂ ਸਾਰਿਆਂ ਨੂੰ ਕਿਹਾ ਹੋਇਆ ਸੀ, ਬਸ ਮੈਨੂੰ ਇਸੇ ਗੱਲ ਦਾ ਝੋਰਾ। ਫਿਰ ਹੁਣ ਮਨਾ ਲਓ, ਹੁਣ ਕੀ ਬਿੱਲੀ ਛਿੱਕਦੀ ਆ ਤੁਹਾਨੂੰ ਕਿ ਉਹ ਕੁੜੀਆਂ ਦੀ ਲੋਹੜੀ ਨਹੀਂ ਮਨਾ ਸਕਦੇ? ਨਾ ਕੁੜੀਆਂ ਦੀ ਲੋਹੜੀ ਕੌਣ ਮਨਾਉਂਦਾ ਹੁੰਦਾ, ਆ ਪੁੱਠੀ ਰੀਤ ਤੋੜ ਲਾ। ਤੇ ਮੁੰਡਿਆਂ ਦੀ ਲੋਹੜੀ ਕੌਣ ਮਨਾਉਂਦਾ ਸੀ? ਇਹ ਰੀਤ ਕਿੱਥੋਂ ਆਈ, ਇਹ ਕਿਹਨੇ ਤੋਰੀ ਆ, ਪਤਾ ਕੁਛ? ਮੈਂ ਆਪਣੀ ਕੁੜੀ ਦੀ ਲੋਹੜੀ ਮਨਾ ਕੇ ਰਹੂੰਗਾ। ਮੈਨੂੰ ਲੱਗਦਾ ਨੇ ਦਿਮਾਗ 'ਚ ਫਰਕ ਪੈ ਗਿਆ, ਪੱਥਰਾਂ ਦੀ ਲੋਹੜੀ ਕੌਣ ਮਨਾਉਂਦਾ? ਮੰਮੀ ਤੈਨੂੰ ਇੱਕ ਗੱਲ ਪੁੱਛਾਂ, ਮੈਂ ਤੇਰੀ ਧੀ ਹਾਂ, ਮੈਂ ਵੀ ਪੱਥਰ ਹਾਂ। ਤੂੰ ਆਹ ਕੀ ਗੱਲ ਕਰਤੀ, ਤੂੰ ਤਾਂ ਮੇਰੀ ਧੀ ਆ। ਮੰਮੀ ਮੈਂ ਤੇਰੀ ਧੀ ਹੋਣ ਦੇ ਨਾਲ ਨਾਲ ਇੱਕ ਕੁੜੀ ਵੀ ਹਾਂ। ਜਦ ਤੂੰ ਵੀਰੇ ਦੇ ਕੁੜੀ ਹੋਣ 'ਤੇ ਇੰਨਾ ਦੁੱਖ ਮਨਾਇਆ ਤਾਂ ਤੂੰ ਮੇਰੇ ਹੋਣ 'ਤੇ ਕਿੱਦਾਂ ਮਨਾਇਆ ਹੋਣਾ? ਮੰਮੀ ਜਦ ਮੈਂ ਹੋਈ ਸੀ ਤੁਸੀਂ ਉਦੋਂ ਵੀ ਇੰਨਾ ਦੁੱਖ ਮਨਾਇਆ ਸੀ, ਉਦੋਂ ਵੀ ਤੁਸੀਂ ਇਹੀ ਕਿਹਾ ਸੀ ਕਿ ਮੈਂ ਕੀ ਸੋਚਿਆ ਸੀ ਅਤੇ ਕੀ ਹੋ ਗਿਆ। ਇਹ ਅਸਲ ਦੇ ਵਿੱਚ ਨਾ ਬਹੁਤ ਘਰਾਂ ਦੀ ਕਹਾਣੀ ਹੈ ਜੀ। ਹਮੇਸ਼ਾ ਜਦੋਂ ਡਿਲੀਵਰੀ ਹੋਣ ਵਾਲੀ ਹੁੰਦੀ ਆ, ਹੈ ਨਾ, ਉਸ ਟਾਈਮ ਕਈਆਂ ਦੀ ਐਕਸਾਈਟਮੈਂਟ ਇੰਨੀ ਕੁ ਜ਼ਿਆਦਾ ਹੋ ਜਾਂਦੀ ਆ ਵੀ ਪੋਤਾ ਹੋਊਗਾ, ਮੁੰਡਾ ਹੋਊਗਾ। ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਮੁੰਡਾ ਹੋ ਜਾਂਦਾ ਤਾਂ ਲੱਡੂ ਵੰਡ ਦਿੰਦੇ ਨੇ, ਜਦੋਂ ਕੁੜੀ ਹੋ ਜਾਂਦੀ ਹੈ ਤਾਂ ਇੱਕ ਦਿਲਾਸਾ ਜਿਹਾ ਦੇ ਦਿੰਦੇ ਨੇ, ਕੋਈ ਨਾ ਕੋਈ ਨਾ, ਵਾਹਿਗੁਰੂ ਜੋੜੀ ਪੂਰੀ ਕਰੋ, ਕੋਈ ਨਾ ਤੂੰ ਫਿਕਰ ਨਾ ਕਰੀ, ਕੋਈ ਨਾ ਸਭ ਠੀਕ ਹੋ, ਉਦੋਂ ਦਿਲਾਸੇ ਦੇਣੇ ਸ਼ੁਰੂ ਕਰ ਦਿੰਦੇ ਨੇ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਤੁਸੀਂ ਧੀਆਂ ਹੋਣ 'ਤੇ ਦਿਲਾਸੇ ਦੇਣੇ ਨੇ ਤਾਂ ਘਰ ਦੇ ਵਿੱਚ ਕੰਜਕਾਂ ਕਿਉਂ ਬਿਠਾਉਂਦੇ ਹੋ, ਜਗਰਾਤੇ ਕਿਉਂ ਕਰਾਉਂਦੇ ਹੋ, ਇਹ ਕਿਉਂ ਕਹਿੰਦੇ ਹੋ ਵੀ ਰੱਖੜੀ ਆਈ ਆ ਜੀ, ਸਾਡੇ ਮੁੰਡੇ ਦੇ ਕੋਈ ਭੈਣ ਨਹੀਂ, ਆਪਾਂ ਭੂਆ ਦੀ ਕੁੜੀ ਤੋਂ ਬਣਾ ਲਾਂਗੇ, ਫਲਾਣੇ ਤੋਂ ਬਣਾ ਲਾਂਗੇ? ਉਦੋਂ ਵੀ ਇਹਨਾਂ ਦੀ ਕੀ ਬੁੱਕਤ ਹੈ ਘਰ ਦੇ ਵਿੱਚ? ਜੇ ਤੁਸੀਂ ਮੁੰਡੇ ਵਿਆਹੁਣੇ ਨੇ ਨਾ, ਜਿਨ੍ਹਾਂ ਪਿੱਛੇ ਤੁਸੀਂ ਇੱਦਾਂ ਕਹਿੰਦੇ ਪੋਤਾ ਹੋ ਜੇ ਬੁੱਢਾ ਹੋ ਜੇ, ਉਹ ਇੱਕ ਕੁੜੀ ਦੇ ਨਾਲ ਹੀ ਵਿਆਹੁਣੇ ਨੇ, ਅਤੇ ਜਿਹੜੀ ਰੇਸ਼ੋ ਆ ਇਹਨਾਂ ਦੀ ਇੱਕੋ ਜੀ ਚਾਹੀਦੀ ਆ। ਤਾਂ ਜਿਹੜਾ ਜੀ ਆਵੇ ਉਹਨੂੰ ਹੱਸਦੇ ਚਿਹਰੇ ਦੇ ਨਾਲ ਵੈਲਕਮ ਕਰਿਆ ਕਰੋ, ਕਿਉਂਕਿ ਬੱਚਾ ਆਪਣੀ ਕਿਸਮਤ ਖਾਸ ਕਰਕੇ ਧੀਆਂ ਆਪ ਲੈ ਕੇ ਆਉਂਦੀਆਂ ਨੇ। ਕਈ ਬਹੁਤ ਹੀ ਜ਼ਿਆਦਾ ਬੈਕਵਰਡ ਸੋਚ ਦੇ ਲੋਕ ਨੇਗੇ ਜਿਹੜੇ ਇਹ ਸਭ ਚੀਜ਼ਾਂ ਸੋਚਦੇ ਨੇ, ਖਾਸ ਕਰਕੇ ਮੈਂ ਗੁੱਸਾ ਨਾ ਕਰਿਓ, ਮੈਂ ਸੱਚ ਬੋਲੂੰਗਾ, ਕਿਉਂਕਿ ਅਸੀਂ ਜਿਹੜੀ ਵੀ ਵੀਡੀਓ ਬਣਾਉਂਦੇ ਹਾਂ ਅਸੀਂ ਸੱਚ ਅਤੇ ਸੱਚੇ ਤੱਤਾਂ ਦੇ ਉੱਤੇ ਬਣਾਉਂਦੇ ਹਾਂ ਜੀ। ਆਪਾਂ ਅਕਸਰ ਇਹ ਚੀਜ਼ ਕਹਿੰਦੇ ਹੋਏ ਜਿਹੜੀਆਂ ਬਜ਼ੁਰਗ ਔਰਤਾਂ ਨੇ ਉਹ ਉਹਨਾਂ ਨੂੰ ਦੇਖਦੇ ਆ ਵੀ ਉਹ ਇਹੋ ਜਿਹੀਆਂ ਗੱਲਾਂ ਕਰਦੀਆਂ ਹੁੰਦੀਆਂ ਨੇ ਵੀ ਆਹ ਕੀ ਹੋ ਗਿਆ ਜੀ, ਆਹ ਕੀ ਹੋ ਗਿਆ। ਮੈਂ ਉਹਨਾਂ ਮਾਤਾਵਾਂ ਨੂੰ ਜੇ ਉਹ ਦੇਖਦੀਆਂ ਨੇ ਤਾਂ ਮੈਂ ਉਹਨਾਂ ਨੂੰ ਇੱਕ ਅਰਜ਼ ਕਰੂੰਗਾ, ਇੱਕ ਬੇਨਤੀ ਕਰੂੰਗਾ ਵੀ ਇਹ ਉਹ ਸਮਾਂ ਨਹੀਂ ਰਿਹਾ, ਸਮਾਂ ਬਹੁਤ ਚੇਂਜ ਹੋ ਗਿਆ।
बहुत कुछ बदल चुके हैं। अपने समाज के विच औरत नू एक जग जननी मां ती वाइफ ते भैन का दर्जा दिता जाता। एक ही गल कहूँगा जी, सो क्यों मंदा आखिए जित जमे राजा। जेड़ी औरत ने राजा नू जन्म दिता उनू माड़ा कहन दा उनू बुरा कहन दा अपना कोई हक नहीं। धन्यवाद। जे वीडियो वधिया लगी तो शेयर जरूर करो। असी सच्चियां गल्लां ते सच्चे सुनेहे लैके आउंदे रहांगे। थैंक यू।